ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ। ਖਰੀਅਤ ਠੀਕ ਹੋ ਦੋਸਤੋ? ਤੁਹਾਡਾ ਆਪਣਾ ਮੇਰਾ ਮਨ ਸਰਬਾਟਾ। ਤੁਸੀਂ ਦੇਖੋ ਯੂਟਿਊਬ ਚੈਨਲ, ਕੱਲ੍ਹ ਦੀ ਵੀਡੀਓ ਤੁਸੀਂ ਵੇਖੀ, ਉਹਦੇ ਵਿੱਚ ਸਾਡੀ ਕੋਈ ਥੋੜ੍ਹੀ ਜਿਹੀ ਕਣਕ ਆ ਉਹ ਗਾਹਣ ਗਿਆ ਸੀਗਾ, ਕਿ ਰਾਤੀ ਆ ਵੜਿਆ ਸੀ, ਕੋਈ 2-1 ਵਜੇ ਆ ਵੜਿਆ ਸੀ ਦਾਣੇ ਇਸ ਟਰਾਲੀ 'ਤੇ ਚਾ ਕੇ, ਇਸ ਟਰਾਲੀ 'ਤੇ ਚਾ ਕੇ ਅਤੇ ਦਾਣੇ ਗੱਡੂਆਂ ਦੇ ਵਿੱਚ ਹੰਡੋ ਸੱਟੇ ਅੰਦਰ। ਹਾਲੇ ਹੁਣ ਥਰੈਸ਼ਰ ਵਾਲਿਆਂ ਦਾ ਹੁਣ ਮਿਣਸਾਂ ਆਇਆ ਨਾ, ਥਰੈਸ਼ਰ ਵਾਲਿਆਂ ਦਾ ਹਿੱਸਾ ਹੁਣ ਕੱਢਣਾ, ਇੱਥਾਂ ਹੀ ਹਿੱਸਾ ਕੱਢਣਾ, ਉਹਨਾਂ ਨੂੰ ਵੀ ਇੱਥਾਂ ਹੀ ਚਾਹੀਦੇ ਆਉਣਾ ਨਾਲ ਜਾਰੇ, ਅਤੇ ਉਹ ਹਿੱਸਾ ਕੱਢ ਕੇ ਉਹਨਾਂ ਦਾ ਹਿਸਾਬ ਲਾਉਂਦੇ ਆ। ਅਤੇ ਹੁਣ ਸਾਡਾ ਜਿਹੜਾ ਬਾਕੀ ਕੰਮ ਰਹਿ ਗਿਆ ਉਹ ਕੀ ਹੈ, ਬੋਂ ਦੀ ਜਿਹੜੀ ਲਾਪਾ ਨਾ ਉਹ ਉੱਥਾਂ ਹੀ ਪਈ ਹੈ, ਦਿੱਲਾ ਵੀ ਉੱਥੇ ਅਗਰ ਜੱਟੀਏ ਨਾ ਉੱਥੇ ਅਗਰ ਵੇਚੀਏ ਵੀ ਤਾਂ ਉਹਦਾ ਰੇਟ ਉੱਥੇ ਬੜਾ ਘੱਟ ਲੱਗਦਾ, ਅਤੇ ਜੇ ਉੱਥਾਂ ਹੀ ਜੱਟ ਛੋੜੀਏ ਤਾਂ ਚੋਰੀ ਛੋਰੀ ਆਉਣ ਦਾ ਵੀ ਉੱਥੋਂ ਹੀ ਖਤਰਾ ਹੈ, ਕਿਉਂਕਿ ਦੂਰ ਜੋ ਹੈ ਖਿੱਤੂ ਜਿਹੜੀ ਸ਼ਾਇਦ ਦੂਰ ਹੋਵੇ ਉਹ ਮੁੜ ਇੰਨਾ ਹੀ ਆਉਂਦਾ, ਅਤੇ ਉਹ ਦਿਲ ਬਣਾਈ ਖਲੋਤਿਆਂ ਵੀ ਟਰਾਲੀ ਜਿਵੇਂ ਕਿਵੇਂ ਮੰਗੀ ਵਧਿਆ, ਇਸ ਟਰਾਲੀ 'ਤੇ ਜਾ ਕੇ ਬੋਂ ਥੱਲੇ ਸੱਟ ਕੇ ਉੱਤੋਂ ਗਡੋਰੀਆਂ ਨਾਲ ਬੰਨ ਕੇ ਰੱਖ ਕੇ ਅਤੇ ਬੋਂ ਵਿੱਚ ਆ ਕੇ ਆ ਜਾਂਦੇ। ਅਤੇ ਹਾਲੀ ਬਈ ਕੱਲ੍ਹ ਵਾਲਾ ਥਕੇੜਾ ਹਾਲੀ ਮੱਸੇ ਲੱਥਾ, ਅਤੇ ਅੱਜ ਮੁੜ ਜਿਹੜਾ ਨਾ ਹੁਣ ਇਹ ਬੋਂ ਅਤੇ ਉੱਤੋਂ ਧੁੱਪ ਵੀ ਟੈਂਪਰੇਚਰ ਹੀ ਚੰਗਾ ਮੱਛ ਰਿਹਾ ਖਲੋਤਾ, ਅਤੇ ਇਹ ਟਰਾਲੀ ਟਰੈਕਟਰ ਦਰਾਜ ਦਾ ਇੱਥੇ ਹੀ ਖਲੋਤਾ, ਟਰਾਲੀ ਵੱਡੀ ਸਾਰੀ 18 ਫੁੱਟ ਟਰਾਲੀ, ਇਸ ਦੇ ਥੱਲੇ ਐਵੇਂ ਸੱਟ ਕੇ ਨਾ ਬੋਂ ਉੱਤੋਂ ਗੱਡੜੀਆਂ ਬੰਨ ਕੇ ਵਿੱਚ ਰੱਖ ਲਈ ਸਾਂ, 3-4 ਚੱਕਰ ਲੱਗ ਸਨ ਤਾਂ ਬਹੁਤ ਸਾਰਾ ਡੁੱਕ ਗਿਆ ਸੀ। ਜਿੱਥੋਂ ਰਾਤੀ ਕਣਕ ਗੈਂਦੇ ਵੱਤਿਆਂ ਯਾਰ ਬਹੁਤ ਰੱਖ ਕੇ ਗਏ ਸੀ, ਰਾਤੀ ਅੱਲਾ ਦੇ ਆਸਰੇ 'ਤੇ ਛੱਡ ਕੇ ਗਏ ਸੀ, ਉਹ ਆਏ ਹਾਂ ਤਾਂ ਦੋਵੇਂ ਗਡੋਰੇ ਚਵੇਂ ਪੈਣ ਆਇਆ ਲਾਤੀ ਨੇ, ਗਏ ਤਾਂ ਅਸੀਂ ਵੀ ਚਿਰਕੇ ਜੇ ਆਏ, ਲੇਕਿਨ ਜਿਹੜੇ ਚੋਰ ਆਉਂਦੇ ਨੇ ਚੋਰੀ ਛਾਵਣ ਵਾਲੇ ਆਉਂਦੇ ਨੇ ਉਹ ਵੀ ਡਾਢੇ ਛਾਤੇ ਰਹਿੰਦੇ, ਤਾਂ ਉਹ ਤੁਹਾਨੂੰ ਵੀ ਖਾਵਾਂ ਜਿੱਥੋਂ ਚਵੇਂ ਪਿਆ ਪੰਡ ਬਹੁਤ ਦੀ। ਵੀ ਚਲੋ ਕੋਈ ਖਿਆਲ 'ਚ ਕਰਨ ਆਵੇ ਯਾਰ ਇਹਨਾਂ ਦਾ, ਤਾਂ ਅੱਗੇ ਥੋੜ੍ਹਾ ਜਿਹਾ ਅਸੀਂ ਨਾ ਚਾਵੀਏ, ਜੇ ਬੰਦਾ ਪੁੱਛ ਕੇ ਚਾ ਲੈਂਦਾ ਹੁਣ ਆ ਜਾਂਦੇ ਸ਼ਾਮੀ ਆ ਜਾਂਦੇ ਅਤੇ ਆਖਣ ਆਵੇ ਯਾਰ ਸਾਨੂੰ ਕੋਈ ਥੋੜ੍ਹਾ ਜਿਹਾ ਬੋਂ ਦਿਓ ਤਾਂ ਸਾਨੂੰ ਕੋਈ ਨਾ ਦੇਵਾਂ, ਇਹ ਵੇਖ ਸੋ ਜਨਾਬ ਇਹ ਲੜਫਾ ਲੱਤਾ ਪਿਆ, ਮੈਨੂੰ ਲੱਗਦਾ ਦੋ ਗਡੋਰ ਜਿਹੜੇ ਨਾ ਉਹ ਬੋਂ ਦੇ ਇੱਥੇ ਛਵੇਂ ਪਿਆ।
ਲੱਦਣ ਵਾਲੀ ਕਰੀਏ ਤੂੰ ਕੀ ਡਿਜ਼ਾਈਨ ਬਣੀ ਦਾ ਆਪਣਾ ਉਹ ਥਿਗੜੀਆਂ ਥੋੜੀਆਂ ਦਿਲ ਦਾ ਬੰਦਾ ਇਹਨਾਂ ਵਿਸਾਖ ਦੀ ਦੀਵਾਰਾਂ ਦੇ ਵਿੱਚ ਲਵਾਵੇ ਵਿਜ਼ਿਟ ਵੀਜ਼ਾ, ਕਿਤੇ ਸਾਊਦੀ ਜਾਂ ਕਿਤੇ ਬਾਹਰਲੇ ਮੁਲਕ ਬੰਦਾ ਵਗ ਜਾਵੇ, ਉਸ ਵੇਲੇ ਵੀ ਵੇ ਜਿਸ ਵੇਲੇ ਦੜਾਂ ਛੜਾਂ ਜੱਟੀਆਂ ਪਈਆਂ ਹੋਣ, ਬਹੁਤ ਦਾ ਐ ਕਣਕਾਂ ਦਾ ਨਾਂ ਨਿਸ਼ਾਨ ਹੀ ਕੋਈ ਨਾ, ਇਹ ਐਡਾ ਔਖਾ ਕੰਮ ਆ ਗਿਆ। ਏਡਾ ਔਖਾ ਤੇ ਕੋਈ ਇਹ ਕੰਮ ਡਾਡਾ ਹੈ ਨਾ, ਉਹ ਚੰਗਾ ਟਰੱਕ ਮਤ ਪਾਣੀ ਪਰ ਇੰਨਾ ਬਾਸੀ ਅੱਜ ਦੀ ਦੀਵਾਰ ਜਾਂਦਾ ਗੱਡੀ ਤੇ ਕੋਈ ਹਿੰਡਵਾਣਾ ਛਿੰਡੀ ਛਿੰਡਵਾਣਾ ਜਾਂ ਡੁਬੇਨਾ ਆ ਬੰਬ ਨਹੀਂ ਚੰਬਦੀ ਨਹੀਂ। ਗਾਗਰ ਪਾਣੀ ਵਾਲੀ ਆ ਇੱਥੇ ਨਾਲ ਆਪਣੇ ਰਿਸ਼ਤੇਦਾਰ ਹਨ, ਉਹਨਾਂ ਨੂੰ ਫੋਨ ਕੀਤਾ ਵੀ ਸਾਡੇ ਵੱਲ ਪਾਣੀ ਫੜਾ, ਉਹਨੇ ਗਾਗਰ ਦੇ ਪਾਣੀ ਫੜਾਇਆ, ਉਹ ਗਾਗਰ ਖਾਲੀ ਦੇਣੀ ਆ ਅਤੇ ਹੁਣ ਬਾਕੀ ਥੋੜ੍ਹਾ ਜਿਹਾ ਹੋਰ ਪਿਆ ਤਾਂ ਉਹ ਪਿਛਲੇ ਪੈਰ ਉਸ ਬਈ ਹੁਣ ਧੁੱਪ ਚੜ ਗਈ ਬੋ, ਉਹ ਗਾਗਰ ਇੱਥੇ ਦਿੱਤੀ ਉਹ ਪਿੱਛੇ ਗਾਰ ਉਹਨਾਂ ਦਾ, ਹੁਣ ਜਾਂਦੇ ਪਏ ਗਾਰ ਦੁਬਾਰੇ ਟੁੱਕਰ ਸ਼ੁਕਰ ਖਾ ਕੇ ਘੰਟਾ ਇੱਕ ਰੈਸਟ ਕਰਕੇ ਮੋੜ ਉਸ ਬੋ ਉੱਤੇ ਬੈਠੇ ਹੋਇਆ ਛੋਟੇ ਦੇ ਸਵਾਦ ਐਡਾ ਪਿੰਦਾ ਬੋਹਣ ਉੱਤੇ ਜੰਪ ਸ਼ੰਪ ਕੋਈ ਨਹੀਂ ਲੱਗਦਾ ਪਿਆ। ਆਮਿਰ ਸਾਹਿਬ ਇੰਜੀ ਡਰਾਈਵਿੰਗ 'ਤੇ
ਕਿਹਦਾ ਅੱਪੜ ਪਿਆ ਸੀ ਖੈਰ ਨਾਲ ਦਾ ਜਿਹਨਾਂ ਤੋਂ ਜਿਹਨੇ ਦੂਆ ਚੱਕਰ ਨੂੰ ਲਈ ਜਾਂਦੇ ਹਾਂ ਅਤੇ ਹੁਣ ਥੋੜ੍ਹਾ ਜਿਹਾ ਹੋਰ ਬਚ ਗਿਆ ਉਹ ਇਨਸ਼ਾਅੱਲਾ ਕੱਲ੍ਹ ਤੁਸਾਂ ਅਤੇ ਅੱਜ ਦੀ ਵੀਡੀਓ ਦਾ ਐਂਡ ਅੱਲਾ ਹਾਫਿਜ਼।